ਬਾਂਦਰ ਨੇ ਜਲੰਧਰ ਪੁਲਿਸ ਨੂੰ ਪੜਨੇ ਪਾ ਦਿੱਤਾ। ਜੀ ਹਾਂ, ਤੁਸੀਂ ਆਪ ਹੀ ਦੇਖ ਲਓ, ਇਹ ਬਾਂਦਰ ਮਹਾਰਾਜ ਅੱਗੇ ਪੰਜਾਬ ਪੁਲਿਸ ਵੀ ਲਾਚਾਰ ਨਜ਼ਰ ਆ ਰਹੀ ਹੈ। ਇਹ ਵੇਖ ਲਓ, ਪੁਲਿਸ ਦੀ ਸੀਟ ਤੇ ਬੈਠਾ ਇਹ ਬਾਂਦਰ ਵੱਡੇ ਅਫਸਰ ਵਾਂਗੂ ਛੋਟੇ ਮੁਲਾਜ਼ਮਾਂ ਨੂੰ ਅੱਖਾਂ ਦਿਖਾਉਂਦਾ ਨਜ਼ਰ ਆ ਰਿਹਾ। ਇਸ ਦੇ ਹੱਥ ਵਿੱਚ ਚਲਾਨ ਬੁੱਕ ਦੇਖ ਕੇ ਇਹ ਪੁਲਿਸ ਅਧਿਕਾਰੀ ਹੈਰਾਨ ਤੇ ਪਰੇਸ਼ਾਨ ਨੇ, ਕਿਉਂਕਿ ਸਰਕਾਰੀ ਦਸਤਾਵੇਜ਼ ਦਾ ਮਾਮਲਾ। ਆਖਿਰ ਜਦੋਂ ਬਾਂਦਰ ਤੋਂ ਪੁਲਿਸ ਕਰਮਚਾਰੀ ਨੇ ਬੁੱਕ ਛੁਡਵਾਉਣੀ ਚਾਹੀ ਤਾਂ ਉਲਟਾ ਬਾਂਦਰ ਨੇ ਪੁਲਿਸ ਵਾਲੇ ਨੂੰ ਪੜਨੇ ਪਾ ਦਿੱਤਾ। ਪਿੱਛੋਂ ਜਦੋਂ ਇੱਕ ਮਹਿਲਾ ਪੁਲਿਸ ਅਧਿਕਾਰੀ ਨੇ ਚਲਾਨ ਬੁੱਕ ਸਾਂਭਣੀ ਚਾਹੀ, ਇਸ ਮਹਿਲਾ ਕਰਮਚਾਰੀ ਦੇ ਹੱਥੋਂ ਵੀ ਚਲਾਨ ਬੁੱਕ ਬਾਂਦਰ ਨੇ ਖੋਣੀ ਚਾਹੀ। ਬੜੀ ਮੁਸ਼ਕਲ ਨਾਲ ਦੋਹਾਂ ਅਧਿਕਾਰੀਆਂ ਨੇ ਬਾਂਦਰ ਤੋਂ ਜ਼ਬਰਦਸਤੀ ਚਲਾਨ ਬੁੱਕ ਛੁਡਵਾਈ। ਆਖਿਰ ਆਪਣੀ ਦਾਦਾਗਿਰੀ ਜਾਂਦੀ ਵੇਖ ਕੇ ਬਾਂਦਰ ਨੇ ਘਟਨਾ ਸਥਾਨ ਤੋਂ ਜਾਣ ਚ ਹੀ ਆਪਣੀ ਭਲਾਈ ਸਮਝੀ। ਹੁਣ ਇਹ ਘਟਨਾ ਜਲੰਧਰ ਸ਼ਹਿਰ 'ਚ ਚਰਚਾ ਦਾ ਕੇਂਦਰ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਜਲੰਧਰ ਦੇ ਰਾਮਾ ਮੰਡੀ ਚੌਂਕ ਦੀ ਹੈ, ਜਿੱਥੇ ਬਾਂਦਰਾਂ ਦਾ ਕੋਹਰਾਮ ਆਮ ਲੋਕਾਂ 'ਤੇ ਅਕਸਰ ਹੁੰਦਾ ਰਹਿੰਦਾ ਹੈ। ਪ੍ਰੰਤੂ ਜਲੰਧਰ ਨਗਰ ਨਿਗਮ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਚੁੱਕਦਾ ਹੈ। ਇਸ ਘਟਨਾ ਤੋਂ ਬਾਅਦ ਆਮ ਲੋਕਾਂ ਦੇ ਨਾਲ ਨਾਲ ਪੁਲਿਸ ਵੀ ਪ੍ਰਸ਼ਾਸਨ ਨੂੰ ਇਹੀ ਗੁਹਾਰ ਕਰਦੀ ਨਜ਼ਰ ਆਉਂਦੀ ਹੈ ਕਿ ਇਹਨਾਂ ਸ਼ਰਾਰਤੀ ਬਾਂਦਰਾਂ ਤੋਂ ਕੋਈ ਤਾਂ ਬਚਾਵੇ। ਬਿਊਰੋ ਰਿਪੋਰਟ, PBC ਨਿਊਜ਼, ਜਲੰਧਰ।